ਤੁਸੀਂ ਵੇਖ ਰਹੇ ਹੋ ਪੰਜਾਬੀ ਸਾਹਿਤ ਟੀਵੀ ਚੈਨਲ, ਮੈਂ ਹਾਂ ਜਗਜੀਤ ਵਰਮ ਸਿੰਘ ਸੱਗੂ। ਸਾਥੀਓ, ਆਪਾਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬੀਤੇ ਦਿਨਾਂ ਤੋਂ ਮੋਦੀ ਸਰਕਾਰ ਨੇ ਐਜੂਕੇਸ਼ਨ ਪ੍ਰਤੀ ਜਿਹੜੇ ਸਟੂਡੈਂਟਾਂ ਦੇ ਨੱਕ ਦੇ ਵਿੱਚ ਬੜਾ ਦਮ ਕਰ ਛੱਡਿਆ ਹੈ। ਇਸ ਤੋਂ ਇਲਾਵਾ ਜੇਕਰ ਹੁਣ ਦੇਖਿਆ ਜਾਵੇ ਅਗਨੀਪਥ ਯੋਜਨਾ ਜਿਹੜੀ ਨੌਜਵਾਨਾਂ 'ਤੇ ਜਬਰੀ ਥੋਪੀ ਜਾ ਰਹੀ ਹੈ, ਉਸ ਨੇ ਤਾਂ ਨੌਜਵਾਨਾਂ ਦੇ ਹੌਸਲਿਆਂ ਨੂੰ ਹੀ ਤੋੜ ਦਿੱਤਾ, ਜਿਸ ਦਾ ਨੌਜਵਾਨ ਬਹੁਤ ਭਰਮਾ ਵਿਰੋਧ ਕਰ ਰਹੇ ਨੇ। ਜਗ੍ਹਾ ਜਗ੍ਹਾ 'ਤੇ ਵਿਰੋਧ ਹੋ ਰਿਹਾ, ਅਗਨੀਪਥ ਯੋਜਨਾ ਦਾ ਜਗ੍ਹਾ ਜਗ੍ਹਾ 'ਤੇ ਵਿਰੋਧ ਹੋ ਰਿਹਾ ਹੈ। ਇਸ ਦੇ ਵਿੱਚ ਬੋਲਦੇ ਹਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਜੀ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਰਿਪੋਰਟ। ਰੱਦ ਕਰੋ, ਰੱਦ ਕਰੋ ਅਗਨੀਪਥ ਯੋਜਨਾ, ਰੱਦ ਕਰੋ, ਰੱਦ ਕਰੋ, ਰੱਦ ਕਰੋ ਪ੍ਰੀਖਿਆ ਦਾ ਐਲਾਨ ਕਰੋ, ਐਲਾਨ ਕਰੋ, ਐਲਾਨ ਕਰੋ ਲੇਖ ਦੇ ਪ੍ਰੀਖਿਆ ਦਾ ਐਲਾਨ ਕਰੋ, ਐਲਾਨ ਕਰੋ, ਐਲਾਨ ਕਰੋ ਕੇਂਦਰ ਸਰਕਾਰ ਹਾਏ 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 ਨੌਜਵਾਨਾਂ ਦੇ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ ਲਿਖਤ ਪ੍ਰੀਖਿਆ ਦਾ ਐਲਾਨ ਕਰੋ, ਐਲਾਨ ਕਰੋ, ਐਲਾਨ ਕਰੋ ਅਗਨੀਪਥ ਯੋਜਨਾ ਰੱਦ ਕਰੋ, ਰੱਦ ਕਰੋ। ਸਾਥੀਓ, ਦੋ ਮਿੰਟ ਲੜੇ ਆ ਇਸ ਗੱਲ ਦੇ ਨਾਲ, ਤੁਹਾਨੂੰ ਇਹ ਗੱਲ ਦਾ ਯਕੀਨ ਕਰਾ ਦਿੰਦੇ ਹਾਂ ਕਿ ਇਸ ਹਾਜੀਪੁਰ ਤੋਂ ਐਲਾਨ ਕੀਤਾ ਕਰਨ ਲੱਗੇ ਹਾਂ, ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਘਰ ਘਰ ਜਾ ਕੇ ਇਕੱਠੇ ਕਰਾਂਗੇ। ਘਾਬਰਨ ਦੀ ਲੋੜ ਨਹੀਂ ਹੈ ਕਿਸੇ ਪ੍ਰਕਾਰ ਦੀ, ਜਿਹੜਾ ਡਰ ਹੈ ਤੁਹਾਡੇ ਵਿੱਚ ਵੀ ਕੋਈ ਵੀ ਤੁਹਾਡਾ ਜਿਹੜਾ ਕੋਈ ਨੁਕਸਾਨ ਕਰ ਸਕਦਾ। ਪੂਰੇ ਪੰਜਾਬ ਦੀਆਂ ਨੌਜਵਾਨ ਜਥੇਬੰਦੀਆਂ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਹਾਡੇ ਵਿੱਚ ਕਹਿਣ ਲੱਗੇ ਹਾਂ, ਇਹ ਗੱਲ ਦਾ ਘਰ ਘਰ ਕੇ ਤੁਹਾਡੇ ਮਨ ਦੇ ਵਿੱਚ ਇਹ ਯੋਜਨਾ ਨੂੰ ਰੱਦ ਕਰਾਉਣ ਦੇ ਲਈ ਜਿੱਥੇ ਤੱਕ ਵੀ ਜਾਣਾ ਪਿਆ ਤਿਆਰੀ ਕਰ ਲਓ। ਨੌਜਵਾਨੋ, ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰਨੀਆਂ ਪੈਣੀਆਂ, ਪਰਵਾਹ ਨਹੀਂ ਕਰਨ ਦੀ ਲੋੜ ਕੋਈ ਬੀਜੇਪੀ ਦਾ ਟੁੱਕੜ ਬੋਚ ਜਾਂ ਕੋਈ ਮਾੜਾ ਲੀਡਰ ਸਾਡੇ ਵਿਰੁੱਧ ਕੀ ਬੋਲਦਾ ਹੈ। ਉਹ ਇਹ ਕਹਿੰਦੇ ਨਾ ਸਾਡੇ ਲਈ ਰੁਜ਼ਗਾਰ ਦਾ ਮਸਲਾ, ਸਾਡੇ ਮੁਲਕ ਦੇ ਡਿਫੈਂਸ ਦਾ ਮਸਲਾ, ਅਸੀਂ ਅਗਨੀਪਥ ਯੋਜਨਾ ਜਿਹੜੀ ਹੈ ਉਹ ਹਰ ਕਿਸ ਭਾਰਤ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ। ਪਹਿਲਾਂ ਵੀ ਪੰਜਾਬ ਨੇ ਅਗਵਾਈ ਕੀਤੀ, ਜਿਹੜਾ ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਵੀ 2 ਕਰੋੜ ਸਾਲ ਦੇ ਵਿੱਚ ਨੌਕਰੀਆਂ ਦੇਣੀਆਂ, ਉਹ ਨੌਕਰੀਆਂ ਦਿੱਤੀਆਂ ਤਾਂ ਕੀਤੀ ਹੈ, ਕੋਰੋਨਾ ਦੇ ਨਾਂ ਦੇ ਉੱਪਰ 14 ਕਰੋੜ ਸਾਡੇ ਕੋਲ ਲੈ ਲਈਆਂ ਹੈ। ਹੁਣ ਸਾਡੇ ਉੱਪਰ ਜਿੰਨਾ ਅਸੀਂ ਲੜਾਂਗੇ ਉਨਾ ਹੀ ਇਹਨਾਂ ਦੇ ਉੱਪਰ ਦਬਦਬਾ ਬਣੇਗਾ ਤੇ ਸਾਨੂੰ ਹੌਸਲਾ ਕਰਨੇ ਪੈਣਾ। ਤੇ ਇੱਕ ਗੱਲ, ਤਨ ਦੇ ਲੜ ਜਿੱਥੇ ਵੀ ਹਾਟ ਮਾਰੋਗੇ, ਜਿਸ ਦਰਦ ਵੀ ਕਰੋਗੇ, ਇਹ ਧਰਮਿੰਦਰ ਸਿੰਘ ਤੇ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੂਰੇ ਪੰਜਾਬ ਦੀ ਜਥੇਬੰਦੀਆਂ, ਚਾਹੇ ਉਹ ਕਿਸਾਨਾਂ ਦੀਆਂ, ਚਾਹੇ ਉਹ ਮਜ਼ਦੂਰਾਂ ਦੀਆਂ, ਚਾਹੇ ਉਹ ਨੌਜਵਾਨਾਂ ਦੀਆਂ, ਉਹ ਤੁਹਾਡੇ ਪਿੱਠ ਤੇ ਖੜੀਆਂ। ਕੋਈ ਵੀ ਵਿਰੋਧੀ ਤੁਹਾਡੇ ਵੱਲ ਤੱਤੀ ਅੱਖ ਦੇ ਨਾਲ ਦੇਖ ਤੱਕ ਨਹੀਂ ਸਕਦਾ, ਤੁਹਾਨੂੰ ਯਕੀਨ ਦਿਵਾਉਂਦੇ ਆ। ਤੇ ਅੱਜ ਤੋਂ ਬਾਅਦ ਜਿੱਥੇ ਵੀ ਐਕਸ਼ਨ ਆਉਂਦਾ ਉੱਥੇ ਤਿੱਖੇ ਤੌਰ ਤੇ ਵੱਡੀ ਲਾਮਬੰਦੀ ਦੇ ਨਾਲ ਹਾਜ਼ਰ ਹੋਵੋ। ਇਹ ਸਰਕਾਰ ਅੜੀਅਲ ਹੈ, ਇਹ ਮੁਲਕ ਨੂੰ ਵੇਚਣਾ ਚਾਹੁੰਦੀ ਹੈ ਅਦਾਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਧਰਮਿੰਦਰ ਸਿੰਘ, ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ। ਮੋਦੀ ਸਰਕਾਰ ਨੇ ਜਿਹੜੀ ਨਵੀਂ ਅਗਨੀਪਥ ਯੋਜਨਾ ਦੇ ਨਾਂ ਦੇ ਉੱਪਰ ਇੱਕ ਕੋਝਾ ਮਜ਼ਾਕ ਪੂਰੇ ਭਾਰਤ ਦੇ ਨੌਜਵਾਨੀ ਦੇ ਨਾਲ ਕੀਤਾ ਹੈ, ਜਿਹੜੀ ਨੌਜਵਾਨੀ ਪਿਛਲੇ 3 ਸਾਲਾਂ ਤੋਂ ਆਪਣੀ ਭਰਤੀ ਦੀ ਉਡੀਕ ਕਰ ਰਹੀ ਸੀ, ਜਿਹੜੀ ਲਗਾਤਾਰ ਸਰਕਾਰ ਨੇ ਬੰਦ ਕਰਕੇ ਰੱਖੀ ਹੋਈ ਸੀ ਕੋਰੋਨਾ ਦੇ ਨਾਂ ਦੇ ਉੱਪਰ, ਅਤੇ ਪਿਛਲੇ 2 ਸਾਲਾਂ ਦੇ ਵਿੱਚ ਲਗਭਗ 75,500 ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਗਰਾਊਂਡ ਕਲੀਅਰ ਕਰ ਚੁੱਕੇ ਸੀ ਉਹ ਵੀ ਆਪਣੀ ਲਿਖਤ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਸੀ। ਪਰ ਸਰਕਾਰ ਨੇ ਜਿਹੜਾ ਕੋਝਾ ਮਜ਼ਾਕ ਕੀਤਾ ਹੈ ਸਾਡੀ ਡਿਫੈਂਸ ਫੋਰਸ ਦੇ ਨਾਲ, ਜਿਸ ਤਰੀਕੇ ਦੇ ਨਾਲ, ਇਹ ਬਹੁਤ ਜ਼ਿਆਦਾ ਨਿੰਦਣਯੋਗ ਹੈ। ਅਸੀਂ ਸਮੂਹ ਨੌਜਵਾਨ ਜਥੇਬੰਦੀਆਂ ਵੱਲੋਂ ਇਹਦਾ ਪੂਰਨ ਤੌਰ 'ਤੇ ਸਰਕਾਰ ਦੀ ਨਿਖੇਧੀ ਵੀ ਕਰਦੇ ਹਾਂ, ਅਤੇ ਕਰੜੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਇਹ ਕਹਿੰਦੇ ਹਾਂ ਵੀ ਇਸ ਯੋਜਨਾ ਨੂੰ ਪੂਰਨ ਤੌਰ 'ਤੇ ਰੱਦ ਕਰਨਾ ਚਾਹੀਦਾ, ਜਿਹਦੇ ਕਰਕੇ ਲਗਾਤਾਰ ਪੰਜਾਬ ਦੀ ਅਤੇ ਭਾਰਤ ਦੀ ਨੌਜਵਾਨੀ ਦੇ ਵਿੱਚ ਰੋਸ ਜਿਹੜਾ ਹੈ ਲਗਾਤਾਰ ਵੱਧਦਾ ਜਾ ਰਿਹਾ ਕੇਂਦਰ ਦੀ ਸਰਕਾਰ ਵੱਲੋਂ, ਕਿਉਂਕਿ ਸਰਕਾਰ ਨੇ ਪਿਛਲੇ 8 ਸਾਲਾਂ ਦੇ ਵਿੱਚ ਇੱਕ ਇੱਕ ਕਰਕੇ ਅਜਿਹੀਆਂ ਪੋਲਿਸੀਆਂ ਲਿਆਂਦੀਆਂ ਜਿਹੜੀਆਂ ਪੋਲਿਸੀਆਂ ਲਗਾਤਾਰ, ਚਾਹੇ ਉਹ ਕਿਸਾਨ ਹੋਣ, ਚਾਹੇ ਉਹ ਮਜ਼ਦੂਰ ਹੋਣ, ਚਾਹੇ ਉਹ ਨੌਜਵਾਨ ਹੋਣ, ਚਾਹੇ ਉਹ ਦੁਕਾਨਦਾਰ ਵਪਾਰੀ ਵਰਗ ਹੋਣ, ਉਹਨਾਂ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੀਆਂ ਹੈ। ਅਤੇ ਕੁਝ ਕੁ ਵਪਾਰੀ, ਚਾਹੇ ਉਹ ਅਦਾਨੀ ਹੈ, ਅੰਬਾਨੀ ਆ, ਉਹਨਾਂ ਨੂੰ ਫਾਇਦੇ ਪਹੁੰਚਾਉਣ ਦੇ ਲਈ ਇੱਕ ਇੱਕ ਕਰਕੇ ਅਜਿਹੀਆਂ ਪੋਲਿਸੀਆਂ ਬਣਾਈਆਂ ਜਾ ਰਹੀਆਂ ਜਿਹੜੀਆਂ ਲਗਾਤਾਰ ਸਾਡਾ ਸਾਰਾ ਪਬਲਿਕ ਸੈਕਟਰ ਜਿਹੜਾ ਹੈ ਉਹਦਾ ਨਿੱਜੀਕਰਨ ਕਰੀ ਜਾ ਰਹੀਆਂ, ਜਿਹਦੇ ਵਿੱਚੋਂ ਇਹ ਜਿਹੜੀ ਯੋਜਨਾ ਲਿਆਂਦੀ ਹੈ 4 ਸਾਲ
ठेके के उपर जी नौजवानों भर्ती करना एक कोझा मजाक है, पर इहदे विरुद्ध वड्डी गिणती दे विच पूरे भारत दे विच नौजवान तिखे रूप दे विच एक्शन कर रहे हैं। एक्शन करने जरूरी है, प्रदर्शन रोस प्रदर्शन करना जरूरी है, ताकि क्योंकि ये कानून जिहड़े है ये लोक विरोधी है, नौजवानी विरोधी है, साडे डिफेंस दे लई भी खतरा है जिद्दां दा ये कानून बनाया है। पर इहदे विच असीं संजीदगी दे नाल ये सुनेहा पूरे पंजाब ते भारत दे नौजवानों नूं देना चाहते हैं, जिहड़ा साडा प्रदर्शन दा जिहड़ा ढंग है उहनूं सानूं जरूर बदलना चाहीदा। असी पूरे पंजाब दे विच 32 किसान जथेबंदियां वल्लों खेती दे 3 कानूनां नूं रद्द कराउण दे लई मोर्चा लाया। ਉਹ ਮੋਰਚਾ ਜਥੇਬੰਦ ਸੀ ਤਰੀਕੇ ਦੇ ਨਾਲ ਲਾਇਆ, ਜਿਸ ਕਰਕੇ ਅਸੀਂ ਲਗਾਤਾਰ 385 ਦਿਨ ਦਿੱਲੀ ਦੇ ਅੱਡ ਅੱਡ 5 ਬਾਰਡਰਾਂ ਦੇ ਉੱਪਰ ਬੈਠੇ, ਪੂਰੇ ਭਾਰਤ ਦੀ ਅਗਵਾਈ ਕੀਤੀ ਹੈ ਅਸੀਂ ਪੰਜਾਬੀਆਂ ਨੇ, ਅਤੇ ਖੇਤੀ ਦੇ 3 ਕਾਲੇ ਕਾਨੂੰਨ ਰੱਦ ਕਰਾ ਕੇ ਪੰਜਾਬ ਪਰਤੇ ਹੈ। ਇਸ ਤਰਜ਼ ਦੇ ਉੱਪਰ ਸਾਡੀ ਪੰਜਾਬ ਦੀ ਨੌਜਵਾਨੀ ਦੇ ਉੱਪਰ ਵੀ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ। ਲਗਾਤਾਰ ਨਾਲ ਦੇ ਸੂਬਿਆਂ ਤੋਂ ਜਿਹੜੇ ਲਗਾਤਾਰ ਸਾਡੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਉੱਪਰ ਰਹੇ ਨੌਜਵਾਨ ਹੈ, ਉਹਨਾਂ ਦੇ ਸੁਨੇਹ ਆ ਰਹੇ ਹੈ ਵੀ ਪੰਜਾਬ ਦੇ ਨੌਜਵਾਨ ਅਗਵਾਈ ਕਰਨ ਇਸ ਸਹੀ ਤਰੀਕੇ ਦੇ ਨਾਲ ਇਸ ਮੂਵਮੈਂਟ ਦੀ, ਇਸ ਅੰਦੋਲਨ ਦੀ, ਤਾਂ ਕਿ ਇਹ ਅਗਨੀਪਥ ਯੋਜਨਾ ਜਿਹੜੀ ਨੌਜਵਾਨਾਂ ਦੇ ਵਿਰੋਧੀ ਹੈ ਇਹਨੂੰ ਰੱਦ ਕਰਾਇਆ ਜਾ ਸਕੇ। ਪਰ ਜਿੱਦਾਂ ਬਾਹਰਲੇ ਸੂਬਿਆਂ ਦੇ ਵਿੱਚ ਸਾੜਪਣ ਦੀ, ਪਬਲਿਕ ਪ੍ਰੋਪਰਟੀ ਦੇ ਨੁਕਸਾਨੇ ਜਾਣ ਦੀਆਂ ਖਬਰਾਂ ਆਈਆਂ, ਇਹ ਬਿਲਕੁਲ ਸਹੀ ਨਹੀਂ ਹੈ। ਅਸੀਂ ਪੂਰੇ ਭਾਰਤ ਭਰ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਅਜਿਹਾ ਕੋਈ ਵੀ ਕੰਮ ਨਾ ਕੀਤਾ ਜਾਵੇ, ਇਹ ਪ੍ਰੋਪਰਟੀ ਸਾਡੀ ਹੈ। ਇਹ ਸਰਕਾਰਾਂ ਤਾਂ ਚਾਹੁੰਦੀਆਂ ਹੈ ਪੰਜਾਬ ਤੇ ਭਾਰਤ ਦੀ ਨੌਜਵਾਨੀ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕਰਨ, ਤੇ ਕੱਲ ਨੂੰ ਇਹਨਾਂ ਦੇ ਉੱਪਰ ਝੂਠੇ ਮਾਮਲੇ ਬਣਾ ਕੇ ਇਸ ਵੱਡੇ ਉੱਠ ਰਹੇ ਅੰਦੋਲਨ ਨੂੰ ਜਿਹੜਾ ਨਿੱਜੀਕਰਨ ਦੇ ਵਿਰੁੱਧ ਹੈ, ਮੋਦੀ ਸਰਕਾਰ ਦੇ ਵਿਰੁੱਧ ਹੈ, ਉਹਨੂੰ ਸੈਬੋਟਾਈਜ਼ ਕੀਤਾ ਜਾ ਸਕੇ, ਉਹਨੂੰ ਲਗਾਤਾਰ ਉਹਨੂੰ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ। ਅਸੀਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਪਿੰਡ ਪੱਧਰੀ ਸ਼ਹਿਰ ਪੱਧਰੀ ਜਿਹੜਾ ਹੈ ਤਿੱਖੇ ਰੂਪ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾਵੇ, ਜਥੇਬੰਦਕ ਰੂਪ ਦੇ ਵਿੱਚ ਕੀਤਾ ਜਾਵੇ, ਕਿਸੇ ਪ੍ਰਕਾਰ ਦੀ ਜਿਹੜੀ ਪਬਲਿਕ ਸੰਪਤੀ ਹੈ ਉਹਦਾ ਕੋਈ ਵੀ ਨੁਕਸਾਨ ਨਾ ਕੀਤਾ ਜਾਵੇ। ਇਹ ਜਿਹੜਾ ਹਮਲਾ ਹੈ ਇਹ ਇਕੱਲਾ ਨੌਜਵਾਨੀ ਦੇ ਉੱਪਰ ਨਹੀਂ ਹੈ, ਜਿਹੜੇ ਮੁਲਾਜ਼ਮ ਚਾਹੇ ਉਹ ਫੌਜ ਦੇ ਵਿੱਚ ਹੈ, ਚਾਹੇ ਜਿਹੜੇ ਬੈਲ ਫੋਰਸ ਸਾਡੀ ਪੁਲਿਸ ਹੈ, ਉਹਨਾਂ ਦੇ ਲਈ ਵੀ ਇੱਕ ਵੱਡਾ ਉਹਨਾਂ ਦੇ ਉੱਪਰ ਵੀ ਹਮਲਾ, ਕਿਉਂਕਿ ਉਹਨਾਂ ਦੇ ਬੱਚਿਆਂ ਨੇ ਵੀ ਜਿਹੜੀ ਹੈ ਨੌਕਰੀ ਇਹਨਾਂ ਮਹਿਕਮਿਆਂ ਦੇ ਵਿੱਚ ਹੀ ਕਰਨੀ ਹੈ। ਉਹ ਚਾਹੁੰਦੇ ਹੈ ਵੀ ਅੰਦੋਲਨ ਚੱਲੇ, ਪਰ ਸਾਨੂੰ ਸੰਯਮ ਬਣਾ ਕੇ ਰੱਖਣੇ ਪੈਣਾ ਹੈ, ਇਸ ਅੰਦੋਲਨ ਨੂੰ ਲੰਬਾ ਲੜਨੇ ਪੈਣਾ, ਕਿਉਂਕਿ ਜਿਹੜੇ 3 ਖੇਤੀ ਦੇ ਕਾਨੂੰਨ ਬਣਾਏ ਸੀ ਸਰਕਾਰ ਨੇ ਉਹਨੂੰ ਰੱਦ ਕਰਾਉਣ ਦੇ ਲਈ ਸਾਨੂੰ ਲੰਬਾ ਜਿਹੜਾ ਯਤਨ ਕਰਨਾ ਪਿਆ, ਲੰਬਾ ਅੰਦੋਲਨ ਲੜਨਾ ਪਿਆ। ਵੱਡੀਆਂ ਸ਼ਹਾਦਤਾਂ ਉਹਦੇ ਵਿੱਚ ਉਸ ਅੰਦੋਲਨ ਦੇ ਵਿੱਚ ਹੋਈਆਂ, ਪਰ ਉਹ ਅੰਦੋਲਨ ਜਿੱਤਣ ਦਾ ਕਾਰਨ ਇਹ ਬਣਿਆ, ਉਹ ਅੰਦੋਲਨ ਸ਼ਾਂਤੀਪੂਰਵਕ ਢੰਗ ਦੇ ਨਾਲ ਲੜਿਆ ਗਿਆ, ਉਹ ਅੰਦੋਲਨ ਜਥੇਬੰਦਕ ਤੌਰ ਦੇ ਉੱਪਰ ਲੜਿਆ ਗਿਆ। ਅਤੇ ਅਸੀਂ ਅਪੀਲ ਕਰਦੇ ਹਾਂ ਪੂਰੇ ਪੰਜਾਬ ਦੇ ਅਤੇ ਭਾਰਤ ਦੇ ਨੌਜਵਾਨਾਂ ਨੂੰ, ਨਾਲ ਲੱਗਦੇ ਸੂਬਿਆਂ ਦੇ ਨੌਜਵਾਨਾਂ ਨੂੰ, ਵੀ ਸ਼ਾਂਤੀਪੂਰਵਕ ਢੰਗ ਦੇ ਨਾਲ ਇਸ ਅਗਨੀਪਥ ਯੋਜਨਾ ਜਿਹੜੀ ਸਰਕਾਰ ਨੇ ਬਣਾਈ ਹੈ ਸਾਡੀ ਫੌਜ ਦਾ ਪ੍ਰਾਈਵੇਟ ਨਿੱਜੀਕਰਨ ਕਰਨ ਦੇ ਲਈ, ਉਹਨੂੰ ਲਗਾਤਾਰ ਅੰਬਾਨੀ ਅਦਾਨੀਆਂ ਦੇ ਹੱਥਾਂ ਤੱਕ ਪਹੁੰਚਾਉਣ ਦੇ ਲਈ, ਉਹਦੇ ਵਿਰੁੱਧ ਉਹਨੂੰ ਰੱਦ ਕਰਾਉਣ ਦੇ ਲਈ ਜਥੇਬੰਦਕ ਤੌਰ ਦੇ ਉੱਪਰ ਅਤੇ ਸ਼ਾਂਤੀਪੂਰਵਕ ਢੰਗ ਦੇ ਨਾਲ ਅੰਦੋਲਨ ਲੜਿਆ ਜਾਵੇ। ਅਤੇ ਅੱਗੇ ਜਿਹੜੇ ਵੀ ਸੱਦੇ ਆਉਂਦੇ ਆ, ਜਿਹੜੇ ਜਥੇਬੰਦੀਆਂ ਲਗਾਤਾਰ ਲੜਦੀਆਂ ਆ ਰਹੀਆਂ ਨੌਜਵਾਨਾਂ ਦੇ ਮਸਲਿਆਂ ਵੱਲੋਂ, ਅਸੀਂ ਅਪੀਲ ਕਰਦੇ ਹਾਂ ਵੀ ਉਹਨਾਂ ਦੇ ਸੱਦਿਆਂ ਦੇ ਉੱਪਰ ਹੀ ਇਹਨਾਂ ਐਕਸ਼ਨਾਂ ਦੇ ਉੱਪਰ ਸ਼ਮੂਲੀਅਤ ਕੀਤੀ ਜਾਵੇ। ਉਹ ਤੋਂ ਅੱਗੇ ਜਿਹੜੇ ਐਕਸ਼ ਤੁਹਾਡੇ ਐਕਸ਼ਨ ਹੋ ਰਹੇ ਆ ਉਹਦੇ ਵਿੱਚ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ, ਜਿਹੜੇ ਸ਼ਰਾਰਤੀ ਅਨਸਰ ਹੈ ਉਹ ਤੁਹਾਡੇ ਵਿੱਚ ਹੀ ਸਰਕਾਰ ਵੱਲੋਂ ਏਜੰਸੀਆਂ ਵਿੱਚ ਵੱਲੋਂ ਤੁਹਾਡੇ ਵਿੱਚ ਫਿੱਟ ਕਰਕੇ ਤੁਹਾਡੇ ਸਾਡੀ ਇਹ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਕਰਾ ਸਕਦੇ ਹੈ, ਸਾਡੇ ਅੰਦੋਲਨ ਨੂੰ ਲੀਹੋ ਲਾਹ ਵੀ ਸਕਦੇ ਹੈ। ਇਸ ਕਰਕੇ ਪੂਰਨ ਤੌਰ 'ਤੇ ਸ਼ਾਂਤੀਪੂਰਵਕ ਢੰਗ ਦੇ ਨਾਲ ਹਰ ਪਿੰਡ, ਹਰ ਸ਼ਹਿਰ, ਹਰ ਕਸਬੇ ਦੇ ਵਿੱਚ ਇਹ ਐਕਸ਼ਨ ਹੋਣੇ ਚਾਹੀਦੇ ਹੈ। ਹਰ ਉਸ ਸਰਕਾਰੀ ਸਾਡੇ ਨੁਮਾਇੰਦੇ ਹੈ, ਚਾਹੇ ਉਹ MP ਹੈ, ਚਾਹੇ ਉਹ MLA ਹੈ, ਉਹਨਾਂ ਦੇ ਵਿਰੁੱਧ ਪ੍ਰਦਰਸ਼ਨ ਹੋਣੇ ਚਾਹੀਦੇ ਹੈ। ਅਤੇ ਸਾਫ਼ ਗੱਲ ਕਹਿ ਦੇਣੀ ਚਾਹੀਦੀ ਹੈ ਵੀ ਇਹ ਜਿਹੜਾ ਨਵਾਂ ਯੋਜਨਾ ਲੈ ਕੇ ਆਈ ਹੈ ਸਰਕਾਰ, ਇਹਨੂੰ ਰੱਦ ਕਰਾਉਣਾ ਚਾਹੀਦਾ। ਜੇ ਰੱਦ ਨਾ ਹੋਇਆ ਤੁਹਾਡਾ ਜਿਹੜਾ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਜਿਹੜਾ ਹੈ ਓਰਚਾ ਦੇ ਵਿੱਚ ਜਿਹੜਾ ਹੈ ਉਹ ਚੱਲਣਾ ਵੀ ਅਸੀਂ ਬੰਦ ਕਰ ਦੇਵਾਂਗੇ। ਅਤੇ ਦੁਬਾਰਾ ਤੋਂ ਇੱਕ ਖਾਸ ਅਪੀਲ ਕਰਦਾ ਪੂਰੇ ਪੰਜਾਬ ਅਤੇ ਭਾਰਤ ਭਰ ਦੇ ਨੌਜਵਾਨਾਂ ਨੂੰ, ਅਸੀਂ ਲੜਾਂਗੇ, ਇਕੱਠੇ ਹੋ ਕੇ ਜਥੇਬੰਦ ਹੋ ਕੇ ਲੜਾਂਗੇ। ਤੁਹਾਨੂੰ ਅਪੀਲ ਕਰਦੇ ਹਾਂ ਵੀ ਸ਼ਾਂਤੀਪੂਰਵਕ ਢੰਗ ਦੇ ਨਾਲ ਇਸ ਅੰਦੋਲਨ ਨੂੰ ਲੰਬਾ ਕਰਕੇ ਬੜੇ ਠਰਮੇ ਦੇ ਨਾਲ ਚਲਾਇਆ ਜਾਵੇ, ਕਿਸੇ ਪ੍ਰਕਾਰ ਦੀ ਸਰਕਾਰੀ ਸੰਪਤੀ ਦਾ ਜਿਹੜਾ ਹੈ ਉਹ ਨੁਕਸਾਨ ਨਾ ਕੀਤਾ ਜਾਵੇ, ਤਾਂ ਕਿ ਸਰਕਾਰ ਨੂੰ ਸਾਡੇ ਇਸ ਅੰਦੋਲਨ ਨੂੰ ਸੈਬੋਟਾਈਜ਼ ਕਰਨ ਦਾ ਕੋਈ ਮੌਕਾ ਨਾ ਮਿਲੇ। ਧੰਨਵਾਦ ਸਾਥੀਓ।